जी ठीक है, लेट उठा, इन्हीं काम एक दर्शक ने बड़ी कसरत की थी, ये किन्ना नंबर बहुत मिलाया, जी उंगलां घुमा घुमा के साढ़े तक पहुंच की थी, आओ उन्होंने गल कर दें। हाँ जी स्वागत है जी प्रोग्राम। हाँ जी सब ने प्यार भरी सत श्री अकाल जी। मैं इकबाल सिंह बोल रहा जी, मेन बाजार तहसील के ग्राम को जी। जी किसे शायर दियां लिखियां लाइनां, चिट्टी मूली लाल टमाटर हरे रंग दे खीरे, इस धरती चो तेल निकलदा सोना चांदी हीरे, तीन तीन फसलां पैदा करके पूरे करदा खर्चे, धरती हवा ते पानी बंदिया तिन्ने गंदे करते, पवन गुरु पानी पिता माता धरत महत, सुबह शाम नित पढ़ता सुनदा फेर नहीं आउंदी मत। असीं सुबह शाम पढ़ते हैं सुनते हैं पर असीं अमल नहीं करते। मैं ये पूछना चाहुंदा वी पोलीथीन ते जिहड़ा साडी ओह जिंदगी दे विच सानूं बहुत प्रभावित करदा, इह वी बहुत प्रदूषण पैदा करदा, की इहदे ते गवर्नमेंट नूं पाबंदी वगैरह नहीं लाउणी चाहीदी? कबाड़िए वायर खरीददे आ उहदे तों तांबा कढ़दे आ जां अपना कढ़दे आ उहदे चों सिल्वर, ਉਹ ਵੀ ਉਹਨੂੰ ਬਾਹਰ ਜਾ ਕੇ ਅੱਗ ਲਗਾਉਂਦੇ ਆ, ਉਹ ਵੀ ਬਹੁਤ ਪ੍ਰਦੂਸ਼ਣ ਪੈਦਾ ਕਰਦੇ। ਇਸ ਤਰ੍ਹਾਂ ਤੇ ਕੋਈ ਪਾਬੰਦੀਆਂ ਨਹੀਂ ਲੱਗਣੀਆਂ ਚਾਹੀਦੀਆਂ, ਖਾਸ ਜਨਰੇਟਰ ਆ ਜਿਹੜੇ ਉਹ ਵੀ ਬਹੁਤ ਧੂੰਆਂ ਜਿਹੜਾ ਫੈਲਾਉਂਦੇ ਆ, ਜਾਂ ਸਾਊਂਡ ਦਾ ਪ੍ਰਦੂਸ਼ਣ ਆ ਉਹ ਵੀ ਸਾਨੂੰ ਬਹੁਤ ਪ੍ਰਭਾਵਿਤ ਕਰਦਾ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਤੇ ਪੋਲੀਥੀਨ ਬਾਰੇ ਇਹਨਾਂ ਨੇ ਗੱਲ ਕਹੀ, ਪੋਲੀਥੀਨ ਬਹੁਤ ਜ਼ਿਆਦਾ ਹਾਨੀਕਾਰਕ ਹੈ ਸਾਡੇ ਵਾਤਾਵਰਨ ਦੇ ਲਈ, ਤੇ ਇਹਦੇ ਬਾਰੇ ਤੁਸੀਂ ਉਹਨਾਂ ਦੇ ਸਵਾਲ ਦਾ ਜਵਾਬ ਕਿਵੇਂ ਦਿਓਗੇ? ਉਹਨਾਂ ਦੀ ਮੰਗ ਠੀਕ ਹੈ ਕਿ ਗੌਰਮੈਂਟ ਨੂੰ ਚਾਹੀਦਾ ਕਿ ਪੋਲੀਥੀਨ ਬੰਦ ਕਰ ਦੇਣੇ ਚਾਹੀਦੇ, ਪਰ ਗੌਰਮੈਂਟ ਆਪਣੀ ਬਣਾਈ ਵੀ ਹੈ, ਆਪਣਾ ਫਰਜ਼ ਹੈ ਕਿ ਆਪਾਂ ਪੋਲੀਥੀਨ ਚੀਜ਼ ਖਰੀਦੀਏ ਹੀ ਤੱਕਣਾ। ਅਗਰ ਆਪਾਂ ਖਰੀਦਣੋਂ ਹੀ ਹਟ ਜਾਵਾਂਗੇ ਤਾਂ ਵਪਾਰੀ ਲੋਕ, ਕਿਉਂ ਵਪਾਰੀਆਂ ਦਾ ਫਰਜ਼ ਹੈ ਕਿ ਉਹ ਆਪਦੇ ਚਾਰ ਪੈਸੇ ਮੁਨਾਫੇ ਦੀ ਖਾਤਰ ਸਾਡੇ ਖੇਤਾਂ ਨਾਲ ਨਾ ਖਿਲਵਾੜ ਕਰੋ। ਵਪਾਰੀ ਵੀ ਅਗਰ ਆਪਦੇ ਫਰਜ਼ ਤੋਂ ਪਿੱਛੇ ਹਟ ਗਏ ਤਾਂ ਜਾਨ ਤਾਂ ਮੈਂ ਬਚਾਉਣੀਆਂ ਨੇ ਤਾਂ ਮੈਂ ਨਾ ਖਰੀਦਾਂ, ਤਾਂ ਸਾਰੇ ਰਲ ਕੇ ਇਹ ਉਪਰਾਲਾ ਹੋਣਾ ਚਾਹੀਦਾ ਹੈ। ਅਗਰ ਸਮਾਂ ਯਾਦ ਹੋਊਗਾ ਮੈਂ ਤੁਹਾਨੂੰ ਦੱਸੂੰ ਵੀ ਪੋਲੀਥੀਨ ਆਪਣੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਕਿਹੜੀਆਂ ਕਿਹੜੀਆਂ 'ਚ ਕੰਪਨੀਆਂ ਮਿਲਾ ਰਹੀਆਂ, ਸਮੇਂ ਦੀ ਘਾਟ ਹੈ। ਠੀਕ, ਤਾਂ ਅਸੀਂ ਤੁਸੀਂ ਮੈਥੋਂ ਪਹਿਲਾਂ ਸਵਾਲ ਪੁੱਛਿਆ ਸੀ ਬਿਮਾਰੀਆਂ ਬਾਰੇ, ਦੇਖੋ ਅਨੇਕਾਂ ਬਿਮਾਰੀਆਂ ਹੈ ਭਾਰਤ ਵਿੱਚ, ਸਭ ਤੋਂ ਜ਼ਿਆਦਾ ਜੇ ਕੋਈ ਬਿਮਾਰੀ ਇਸ ਵੇਲੇ ਲੱਗੀ ਵੀ ਹੈ ਸਾਰੇ ਦੇਸ਼ਾਂ 'ਚ, ਦੇਸ਼ ਦੇਖ ਲਓ ਕਿੰਨੇ, 268 ਦੇਸ਼ ਹੈ, ਸਾਰੇ ਦੇਸ਼ਾਂ ਵਿੱਚੋਂ ਹਿੰਦੁਸਤਾਨ ਇੱਕ ਇਹੋ ਜਿਹਾ ਦੇਸ਼ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਬਿਮਾਰੀ ਬਲੱਡ ਸ਼ੂਗਰ ਦੀ ਹੈ, ਜਿਸ ਨੂੰ ਮਧੂਮੇਹ ਅਤੇ ਸ਼ੱਕਰ ਰੋਗ ਕਹਿੰਦੇ ਹੈ। ਔਰ ਇਹ ਮਧੂਮੇਹ ਸ਼ੱਕਰ ਇਹ ਮਾੜੀ ਜਿੱਥੇ ਹਿੰਦੁਸਤਾਨ ਅਤੇ ਸਾਰੇ ਦੇਸ਼ਾਂ ਨਾਲੋਂ ਜ਼ਿਆਦਾ ਹੈ ਅਤੇ ਖਤਰਨਾਕ ਵੀ ਸਭ ਤੋਂ ਜ਼ਿਆਦਾ ਇਹੀ ਹੈ। ਤੁਸੀਂ ਕਹੋਗੇ ਦੂਜੀਆਂ ਕੈਂਸਰ ਵੀ ਤਾਂ ਖਤਰਨਾਕ ਹੈ, ਬਿਮਾਰੀਆਂ ਤਾਂ ਸਾਰੀਆਂ ਹੀ ਖਤਰਨਾਕ ਹੈ, ਇਹ ਜ਼ਿਆਦਾ ਖਤਰਨਾਕ ਇਸ ਕਰਕੇ ਹੈ ਕਿ ਸ਼ੂਗਰ ਵਾਲੇ ਮਰੀਜ਼ ਨੂੰ ਹਾਰਟ ਅਟੈਕ ਜਿਹੜਾ ਹੁੰਦਾ ਹੈ ਇਹ ਦੂਜੇ ਮਰੀਜ਼ਾਂ ਨਾਲੋਂ ਜ਼ਿਆਦਾ ਹੁੰਦਾ, 40% ਲੋਕ ਨੂੰ ਹਾਰਟ ਅਟੈਕ ਸ਼ੂਗਰ ਕਰਕੇ ਹੁੰਦਾ, ਔਰ ਇਹ ਹਾਰਟ ਅਟੈਕ 'ਚ ਉਹਨੂੰ ਤਕਲੀਫ ਨਹੀਂ ਆਉਂਦੀ ਕੋਈ। ਸੋਨੂੰ ਮੰਨ ਲਓ ਬਲੱਡ ਸ਼ੂਗਰ ਨਹੀਂ ਹੈ, ਸੋਨੂੰ ਹਾਰਟ ਅਟੈਕ ਹੈ, ਛਾਤੀ 'ਚ ਦਰਦ ਹੋ, ਅਨੇਕਾਂ ਤਕਲੀਫਾਂ ਹੋਣਗੀਆਂ, ਤੁਹਾਨੂੰ ਲੈ ਜਾਣਗੇ ਮਾਂ ਬਜ ਪਤਾ ਲੱਗੂਗਾ। ਮੈਨੂੰ ਬਲੱਡ ਸ਼ੂਗਰ ਹੈ, ਮੈਂ ਬੈਠਾ ਬੈਠੀ ਇੱਥੇ ਮੇਰਾ ਭੋਗ ਭੇਜੂ, ਮੌਕੇ ਨਹੀਂ ਮਿਲਣਾ ਮੈਨੂੰ ਦੱਸਣ ਦਾ, ਤਾਂ 40% ਮੌਤਾਂ ਅਚਾਨਕ ਹਾਰਟ ਅਟੈਕ ਦੀਆਂ ਬਲੱਡ ਸ਼ੂਗਰ ਕਰਕੇ ਸਾਇਲੈਂਟ। ਦੂਸਰਾ 50% ਲੋਕਾਂ ਦੀ ਕਿਡਨੀ ਖਰਾਬ ਹੋ ਰਹੀ ਹੈ, ਗੁਰਦੇ ਸੁਣਿਆ ਹੋਣਾ ਗੁਰਦੇ, ਔਰ ਇੱਕ ਵਾਰ ਗੁਰਦਾ ਫੇਲ ਹੋ ਜੇ ਉਹਦਾ ਕੋਈ ਪੱਕਾ ਇਲਾਜ ਨਹੀਂ ਹੈ। ਸਾਰੀ ਉਮਰ ਡਾਕਟਰ ਕਹਿਣਗੇ ਵੀ ਭਾਈ ਇਹਨੂੰ 2-4 ਦਿਨਾਂ ਬਾਅਦ ਲੈ ਕਰੋ, ਮਸ਼ੀਨਾਂ ਨਾਲ ਡਾਇਲਿਸਿਸ ਕਰ ਦਾਂਗੇ, ਪੱਕਾ ਇਲਾਜ ਹੈ ਨਹੀਂ। ਤਾਂ ਇੰਨੇ ਪਰਸੈਂਟ ਗੁਰਦੇ ਹੋਰ ਵੀ ਕਾਰਨਾਂ ਕਰਕੇ ਖਰਾਬ ਹੁੰਦੇ ਆ, ਲੇਕਿਨ ਸ਼ੂਗਰ ਕਰਕੇ ਜ਼ਿਆਦਾ ਹੁੰਦੇ ਆ। ਤਾਂ 100 ਚੋਂ 35 ਲੋਕਾਂ ਦੀਆਂ ਲੱਤਾਂ ਅਚਾਨਕ ਵੱਢਣੀਆਂ ਪੈਂਦੀਆਂ, ਇਹ ਉਹਨਾਂ ਨੂੰ ਪੁੱਛੋ ਜਿਹਨਾਂ ਨੂੰ ਲੱਤਾਂ ਡਾਕਟਰ ਕਹਿੰਦੇ ਜੀ ਅਸੀਂ ਐਂਪੂਟੇਟ ਕਰਤਾ, ਗੈਂਗਰੀਨ ਬਣ ਗਿਆ। ਕਈਆਂ ਦੀਆਂ ਲੱਤਾਂ ਨਹੀਂ ਵੱਢਣੀਆਂ ਪੈਂਦੀਆਂ, ਹਰ ਵੇਲੇ ਉਹਨਾਂ ਦੇ ਪੈਰ ਮੱਚਦੇ ਰਹਿੰਦੇ ਆ, ਉਹ ਕਹਿਣਗੇ ਜੀ ਅੱਗ ਲੱਗੀ ਪਈ ਹੈਗੀ, ਸੁੱਤੇ ਪਏ ਹੈਗੇ। ਅਚਾਨਕ ਕੰਨਾਂ ਇਹਦੇ 'ਚ ਅੱਖਾਂ ਦਾ ਹੁੰਦਾ ਹੈ, ਅੱਖਾਂ ਵਾਲੇ ਡਿਪਾਰਟਮੈਂਟ ਜਾਵੋਂਗੇ ਜਾਂ ਅੱਖਾਂ ਵਾਲਾ ਤੁਸੀਂ ਆਪਣੇ ਇੰਡੀਆ ਦਾ ਅੰਕੜੇ ਪਾਸ ਕਰੋਗੇ, 35% ਲੋਕ ਬਲੱਡ ਸ਼ੂਗਰ ਕਰਕੇ ਅੰਨੇ ਹੁੰਦੇ ਆ, ਸਡਨ ਬਲੈਕ ਆਊਟ, ਔਰ 25% ਲੋਕ ਅਧਰੰਗ ਨਾਲ ਮਰਦੇ ਆ। ਪੁੱਤ ਤੁਹਾਨੂੰ ਬਲੱਡ ਸ਼ੂਗਰ ਨਹੀਂ ਹੈ, ਵਕਤ ਜਿਹੜਾ ਨਾ ਉਹ ਇਜਾਜ਼ਤ ਨਹੀਂ ਦਿੰਦਾ ਬਹੁਤਾ ਹੁਣ ਸਾਨੂੰ ਕਿ ਅਸੀਂ ਹੋਰ